चला चला जे हर एक आदमी करी। कहंदा असीं तां चले जाणा है, केड़ा दुनिया च रहणा है। इउं महाराज कहंदे जे एवें वेदां शास्त्रां सुण के चले जाणा है, चले जाणा है। इउं करदे रहिए पर विराग ना चित च होवे। एवें जवानी गल्लां करदे रहिए कि असीं चले जाणा है, केड़ा दुनिया च वाला चिर जीवणा है, चले ही जाना है। इउं कहंदे रहिए जे करके जाना चलन हार। पर समझना चाहिदा कि चलन हार केड़ी चीज है। प्राण चले जाते 24,000 रोज, सांस घटते जाते हैं, अंग मुड़ते जाते हैं, शरीर दे शिथिल होता जाता है, इस प्रकार सूखम शरीर तो चलिया जाना निकल के। क्यों चलने वाली चीजा नूं समझना चाहिए है कि केड़ियां चीजा चले जाने वाली हैं। जो आया सो चल सी। जो कोई संसार जन्म धार के आया है वह पिछे चलिया गया सी, हुण चलिया गया है, चलिया जा रहा है, अगे नूं चल सी चलिया जाएगा। अमर सो गुर करतार। अमर रहण वाले गुरु नानक साहब आप हैं, गुरु अकाल पुरख करतार करता रूप। पी सच्चा सालाहना। पी बोलो सच्चे परमेश्वर नूं सलाहना करिए, सिफत करिए। साचा थान प्यार। सच्चे थान साध संगत च प्यार करके सच्चे नूं सलाया जांदा है। सच्चे स्वरूप रूपी थान च प्यार करके, सच्चा थान सच्चे हृदय दे अंदर प्यार करके, सच्चा थान प्यार तुरिया पद रूपी सच्चे थान च प्यार करके। दर घर महला सोहने। भाई उन्हां दे दरवाजे भी सोहने है, घर भी उन्हां दे सोहने है, महल भी उन्हां दे सोहने है, दरवाजे मुख भी सोहंदे है, घर शरीर भी सोहंदे हन, महल अंतकरण भी उन्हां दे सोहंदे हन। पक्के कोट हजार। उन्हां दे पक्के साग संगत जी निष्काम करण रूपी पक्के जिन्हां दे किले बने हुए है, अतें हजारां गुणा दे समेत हन। बीबी ओ गल्लां ना करो, की करदी हो तुसीं? दर घर महला सोहने। इसे प्रकार दर घर महला सोहने, परमेश्वर दे दर सत्संगत रूपी सोहंदे हन। घर महाराज साहब का स्वरूप बैकुंठ रूपी सोहंदा है, महिला सीस महल सचखंड सोहंदे हन। पक्के कोट हजार। अते पक्के कोट हजार, करोड़ां कोट हजार जिन्हां दे चित पक्के है निष्काम कर्मां नूं करके, उन्हां दे ताईं साध संगत जी ਉਹ ਦਸਵਾਂ ਦੁਆਰ ਰੂਪੀ ਕੋਟ ਪ੍ਰਾਪਤ ਹੋਇਆ ਹੈ, ਅਤੇ ਉਹ ਹਜ਼ਾਰਾਂ ਯੋਗੀ ਉਸ ਆਨੰਦ ਵਿੱਚ ਸੌਂਦੇ ਹਨ, ਯੋਗਾਨੰਦ ਨੂੰ ਪਾ ਕੇ। ਇਸੇ ਪ੍ਰਕਾਰ ਦਰ ਘਰ ਮਹਿਲਾ ਸੋਹਣੇ, ਇਹ ਸੋਹਣੇ ਦਰਵਾਜੇ ਆਦਮੀ ਬਣਾ ਲਵੇ, ਘਰ ਚੰਗੇ ਬਣਾ ਲਵੇ, ਮਹਿਲਾ ਸੀਸ ਮਹਿਲ ਬਣਾ ਲਵੇ, ਸੋਹਣੇ ਪੱਕੇ ਕਰੋੜਾਂ ਕੋਟ ਬਣਾ ਲਵੇ, ਹਜ਼ਾਰਾਂ ਫੌਜਾਂ ਰੱਖੀਆਂ ਰੱਖ ਲਵੇ ਪਹਿਰੇ ਉੱਤੇ। ਹਾਥੀ ਘੋੜੇ ਪਾਖਰੇ, ਹਾਥੀ ਬਣਾ ਲਵੇ, ਖਰੀਦ ਲਵੇ, ਘੋੜੇ ਖਰੀਦ ਲਵੇ, ਪਾਖਰਾਂ ਦੀ ਸੁੰਦਰ ਕਾਠੀਆਂ ਸੁਨਹਿਰੀ ਹੋਣ। ਲਸ਼ਕਰ ਲੱਖ ਅਪਾਰ, ਲਸ਼ਕਰ ਫੌਜਾਂ ਹੋਣ, ਲੱਖਾਂ ਦੀ ਗਿਣਤੀ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਹੈ। ਜਿਵੇਂ ਕਹਿੰਦੇ ਮਿਸਰ ਵਾਲੇ ਨੇ 35 ਲੱਖ ਫੌਜ ਇਕੱਠੀ ਕਰ ਲਈ ਹੈ ਜੰਗ ਕਰਨ ਵਾਸਤੇ। ਕਿਸੇ ਨਾਲ ਨਾ ਚੱਲਿਆ, ਪਦਾਰਥ ਕਿਸੇ ਦੇ ਨਾਲ ਵੀ ਅੰਤ ਨੂੰ ਚੱਲਿਆ ਨਹੀਂ ਹੈ। ਖੱਪ ਖੱਪ ਮੋਏ ਅਸਾਰ, ਬੇਸੰਭਾਲ ਖੱਪ ਖਾ ਕੇ ਮੁਰਗੇ ਮਰ ਗਏ ਹਨ, ਖੱਪ ਖਾ ਕੇ ਖਚਿਤ ਹੋ ਕੇ ਮਰ ਗਏ ਹਨ, ਅਸਾਰ ਬੇਸੰਭਾਲ ਹੋ ਕੇ, ਸਾਰ ਖਬਰ ਨਹੀਂ ਉਹਨਾਂ ਦੀ ਕਿੰਨੇ ਕੁ ਮਰ ਗਏ ਹੈ। ਕੋਈ ਕਾਮ ਚ ਖੱਪ ਕੇ, ਕੋਈ ਕ੍ਰੋਧ ਚ ਖੱਪ ਕੇ, ਕੋਈ ਈਰਖਾ ਚ ਖੱਪ ਕੇ ਮਰ ਰਹੇ ਹਨ ਬੇਸੰਭਾਲ। ਉਹਨਾਂ ਦੀ ਕਿਸੇ ਨੇ ਸੰਭਾਲ ਨਹੀਂ ਕੀਤੀ, ਇਉਂ ਸਾਰ ਖਬਰ ਹੀ ਨਹੀਂ ਕਿੰਨੇ ਕੁ ਮਰ ਗਏ ਹਨ। ਇੱਕ ਪੈਰ ਰੱਖੀਏ, ਮੁਸਲਮਾਨਾਂ ਨੇ ਮਸਲਿਆਂ ਦੀ ਕਿਤਾਬਾਂ 'ਚ ਲਿਖਿਆ ਹੋਇਆ ਹੈ ਅਤੇ ਬਾਦਸ਼ਾਹ ਦੀ ਕਬਰ 'ਤੇ ਟਿਕਦਾ ਹੈ। ਦੂਆ ਪੈਰ ਰੱਖੀਏ ਅਤੇ ਵਜ਼ੀਰ ਦੀ ਕਬਰ 'ਤੇ ਟਿਕਦਾ ਹੈ। ਇੰਨੇ ਵਜ਼ੀਰ ਅਤੇ ਪਾਤਸ਼ਾਹ ਹੀ ਹੋ ਚੁੱਕੇ ਹਨ, ਬਾਕੀਆਂ ਦੀ ਗਿਣਤੀ ਕੀ ਗਿਣੀ ਹੈ? ਕਿਉਂ ਖੱਪ ਖੱਪ ਕੇ ਹਜ਼ਾਰਾਂ ਹੀ ਮਰ ਗਏ ਹਨ ਬੇਸੰਭਾਲ ਹੋ ਕੇ, ਪਰਮੇਸ਼ਰ ਦੀ ਸਾਰ ਖਬਰ ਹੀ ਨਹੀਂ ਪ੍ਰਾਪਤ ਕੀਤੀ ਉਹਨਾਂ ਨੇ। ਸੋਇਨਾ ਰੂਪਾ ਸਾਂਚੀ ਹੈ, ਸੋਇਨਾ ਕਈਆਂ ਦੇ ਪਾਸੋਂ ਸੋਇਨਾ ਕਈ ਮਣਾ ਨਿਕਲਦਾ ਹੈ, ਰੂਪਾ ਚਾਂਦੀ ਇਕੱਠੀ ਕਰ ਲਈਏ। ਮਾਲ ਜਾਲ ਜੰਜਾ, ਹਾਥੀ ਘੋੜੇ ਬਣਾ ਲਈਏ, ਜਾਲ ਸਮੂਹ ਜਾਲ ਬੰਧਨਾਂ ਚ ਪਏ ਰਹੀਏ, ਇਹ ਸਮੂਹ ਜਾਲ ਬੰਧਨ ਹੀ ਹਨ। ਸਭ ਜਗ ਮਹਿ ਦੋਹੀ ਫੇਰੀ ਹੈ, ਸਾਰੇ ਜਗ ਚ ਆਪਦੀ ਦੁਹਾਈ ਧੁੰਮ ਪਾ ਦਈਏ, ਦੋਹੀ ਫੇਰ ਦਈਏ ਕਿ ਮੇਰੇ ਜੈਸਾ ਕੋਈ ਨਹੀਂ, ਮੇਰਾ ਹੁਕਮ ਚੱਲੇ,
ਹੁਕਮ ਦੀ ਦੁਹਾਈ ਫੇਰਦੀ ਏ ਬਿਨ ਨਾਵ ਸਿਰ ਕਾਲ ਸੱਚੇ ਪਾਤਸ਼ਾਹ ਫਰਮਾਉਂਦੇ ਨਾਮ ਜਪੇ ਤੋਂ ਬਗੈਰ ਸਿਰ ਤੇ ਕਾਲ ਜ਼ਰੂਰ ਚਿੰਬੜਿਆ ਰਹੇਗਾ ਕਾਲ ਉਹਨੂੰ ਵੀ ਨਾਸ਼ ਕਰੇਗਾ ਪਿੰਡ ਪੜੈ ਜੀਓ ਖੇਲ ਸੀ ਪਿੰਡ ਤਾਂ ਇੱਥੇ ਪਿਆ ਰਹਿ ਜੂ ਸਰੀਰ ਤਾਂ ਜੀਵ ਆਤਮਾ ਖੇਲ ਸੀ ਚਲਿਆ ਜਾਵੇਗਾ ਅੰਤ ਨੂੰ ਵਿੱਚੋਂ ਨਿਕਲ ਕੇ ਵੱਧ ਫੈਲੀ ਕਿਆ ਹਾਲ ਸ਼ਰਾਬਾਂ ਪੀਂਦੇ ਐ ਮਾਸ ਖਾਂਦੇ ਐ ਅਤੇ ਵਿਵਚਾਰ ਕਰਦੇ ਬਦਫੈਲੀਆਂ ਕਰਦੇ ਐ ਉਹਨਾਂ ਦਾ ਕੀ ਹਾਲ ਹੋਊਗਾ ਬੁਰਾ ਹੀ ਹਾਲ ਹੋਊ ਨਾ ਅੰਤ ਨੂੰ ਉਹਨਾਂ ਦੇ ਤਾਈ ਕੁੱਤਿਆਂ ਦਾ ਬਿਸ਼ਤਾ ਖਾਣ ਨੂੰ ਤੰਬਾਕੂ ਪੀਣ ਵਾਲੇ ਨੂੰ ਦਿੱਤਾ ਜਾਵੇਗਾ ਸ਼ਰਾਬ ਪੀਣ ਵਾਲੇ ਨੂੰ ਕੁੱਤੇ ਦਾ ਪਿਸ਼ਾਬ ਪਿਆਇਆ ਜਾਵੇਗਾ ਇਸ ਪ੍ਰਕਾਰ ਦੀ ਹਾਲਤ ਧਰਮ ਵਿਜੇ ਮੁਕਤ ਸ਼ਾਸਤਰ ਚ ਕਲੰਗੀ ਧਰਨ ਲਿਖੀ ਹੈ ਕੀ ਹਾਲ ਹੋਵੇਗਾ ਮਹਾਰਾਜ ਦੇ ਨਾਮ ਤੋਂ ਬਿਨਾਂ ਬਦਫੈਲੀਆਂ ਵਾਲਿਆਂ ਦੇ ਬੁਰੇ ਹਾਲ ਹੋਣਗੇ ਪੁੱਤਾ ਦੇਖ ਵਿਗਸੀ ਹੈ ਆਪਦੇ ਪੁੱਤਾਂ ਨੂੰ ਵੇਖ ਵੇਖ ਕੇ ਖਿੜੀ ਰਹਿ ਕੇ ਮੇਰੇ ਪੁੱਤ ਹੈ ਹੋਣਹਾਰ ਹੈ ਅਤੇ ਮੇਰੇ ਪੁੱਤਰ ਜਿਹੜੇ ਹੈ ਨੌਜਵਾਨ ਹੋ ਕੇ ਮੈਨੂੰ ਖੱਟ ਕੇ ਕਮਾ ਕੇ ਦੇਣਗੇ ਇਸ ਪ੍ਰਕਾਰ ਪੁੱਤਾਂ ਨੂੰ ਵੇਖ ਵੇਖ ਕੇ ਖਿੜੀਦਾ ਹੈ ਨਾਰੀ ਸੇਜ ਪਧਾਰ ਇਸਤਰੀਆਂ ਆਪਦੇ ਪਤੀਆਂ ਨੂੰ ਸੇਜਾਂ ਦੇ ਤੇ ਵੇਖ ਕੇ ਖੁਸ਼ ਹੁੰਦੀਆਂ ਹਨ ਤੇ ਪਧਾਰ ਇਸਤਰੀਆਂ ਨੂੰ ਸੇਜਾਂ ਤੇ ਵੇਖ ਕੇ ਖੁਸ਼ ਹੁੰਦੇ ਹਨ ਚੋਆ ਚੰਦਨ ਲਾਈ ਚੋਆ ਕੇ ਅਪਰ ਖੁਸ਼ਬੂਆਂ ਲਾ ਲਈਏ ਮਹਿਕ ਆਉਣ ਲੀੜੀਆਂ ਚੋਂ ਚੰਨਣ ਸਰੀਰ ਤੇ ਘਸਾ ਕੇ ਲਾ ਲਈਏ ਕਾਪੜ ਰੂਪ ਸੀਗਾ ਚੰਗੇ ਕੱਪੜੇ ਪਹਿਰ ਲਈਏ ਰੂਪ ਪਾਊਡਰ ਮਲ ਮਲ ਕੇ ਚੰਗਾ ਬਣਾ ਲਈਏ ਸ਼ਿੰਗਾਰ ਲਾ ਲਈਏ ਅਨੇਕ ਪ੍ਰਕਾਰ ਦਾ ਸੰਧੂਰੀਆਂ ਪੱਟੀਆਂ ਆਵੇ ਗੁੰਦ ਲਈਏ ਖੇਹੂ ਖੇਹ ਰਲਾਈ ਖੇਹੂ ਜਿਹੜਾ ਸਰੀਰ ਹੈ ਤਾਂ ਅੰਤ ਨੂੰ ਖੇਹ ਵਿੱਚ ਹੀ ਰਲਾਇਆ ਜਾਣਾ ਇਹਦੇ ਕੀ ਲੱਟਰ ਪੱਟਰ ਕਰਦੇ ਹੋ ਛੋੜ ਚੱਲੇ ਘਰ ਬਾਰ ਛੱਡ ਜਾਓਗੇ ਘਰ ਨਾ ਬੂਹੇ ਰਹਿਣੇ ਆ ਨਾ ਘਰ ਰਹਿਣੇ ਆ ਬਾਹਰ ਉਜਾੜ ਚਲੇ ਜਾਣਗੇ ਛੱਡ ਕੇ ਮਸਾਣਾ ਚ ਲੈ ਜਾਣਗੇ ਇਹ ਹਾਲਤ ਹੋਵੇਗੀ ਘਰਾਂ ਤੇ ਬਾਰਾਂ ਨੂੰ ਛੱਡ ਕੇ ਚਲੇ ਜਾਓ ਕਲਬੂਤੀ ਦਰਵਾਜ਼ਿਆਂ ਨੂੰ ਵੀ ਸੋਹਣਿਆਂ ਘਰਾਂ ਨੂੰ ਵੀ ਉੱਚੇ ਮੰਦਰ ਸਾਧ ਰਸੋਈ ਇਹ ਘੜੀ ਹੋਰ ਰਹਿਣ ਨਾ ਹੋਈ ਇਸ ਪ੍ਰਕਾਰ ਘਰ ਸਰੀਰਾਂ ਨੂੰ ਵੀ ਬਾਹਰ ਇੰਦਰੀਆਂ ਨੂੰ ਵੀ ਇੱਥੇ ਛੱਡ ਕੇ ਚਲੇ ਜਾਵਾਂਗੇ।